ਵੱਡਾ ਹਾਦਸਾ ਵਾਪਰਿਆ ਹੈ। ਬੱਚਿਆਂ ਨਾਲ ਭਰੀ ਸਕੂਲ ਵੈਨ ਪਲਟੀ ਹੈ, 2 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 9 ਬੱਚੇ ਗੰਭੀਰ ਜ਼ਖਮੀ ਨੇ। ਮਾਮਲਾ ਜੋਧਪੁਰ ਦਾ ਹੈ, ਜਿੱਥੇ ਕਿ ਸਕੂਲ ਨੂੰ ਜਾ ਰਹੀ ਇੱਕ ਵੈਨ ਰਾਹ ਦੇ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਵੈਨ ਦੇ ਵਿੱਚ ਜੋ ਸਵਾਰ ਬੱਚੇ ਸੀਗੇ ਜੋ ਸਕੂਲ ਨੂੰ ਜਾ ਰਹੇ ਸੀ ਤਾਂ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ। ਹਾਲਾਂਕਿ ਘਰੋਂ ਤਿਆਰ ਹੋ ਕੇ ਸਕੂਲ ਨੂੰ ਜਾ ਰਹੇ ਇਹ ਬੱਚੇ ਰਾਹ ਦੇ ਵਿੱਚ ਜਦ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ ਉਸ ਵਿਚਾਲੇ 2 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਅਤੇ 9 ਬੱਚੇ ਫਿਲਹਾਲ ਜ਼ਖਮੀ ਦੱਸੇ ਜਾ ਰਹੇ ਨੇ। ਮੌਕੇ 'ਤੇ ਚੀਕ ਚਿਹਾੜਾ ਮੱਚ ਜਾਂਦਾ, ਆਸੇ ਪਾਸੇ ਖੜ੍ਹੇ ਲੋਕ ਦਵਾ ਦਵ ਉੱਤੇ ਪਹੁੰਚਦੇ ਨੇ, ਬੱਚਿਆਂ ਨੂੰ ਵੈਨ ਦੇ ਵਿੱਚੋਂ ਬਾਹਰ ਕੱਢਦੇ ਨੇ ਅਤੇ ਉਹਨਾਂ ਨੂੰ ਹਸਪਤਾਲ ਭੇਜਿਆ ਜਾਂਦਾ। ਪਰ ਜਿੱਥੇ ਕਿ ਇਲਾਜ ਦੌਰਾਨ ਡਾਕਟਰਾਂ ਦੇ ਵੱਲੋਂ 2 ਬੱਚਿਆਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਜਾਂਦਾ, ਪਰ ਉੱਥੇ ਹੀ ਜੇ ਤੁਹਾਨੂੰ ਦੱਸ ਦਈਏ ਕਿ ਬੱਸ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਜਿਸ 'ਚ ਕਹਿ ਸਕਦੇ ਹਾਂ ਕਿ ਆਸੇ ਪਾਸੇ ਜੋ ਲੋਕ ਸੀਗੇ ਉਹਨਾਂ ਨੇ ਬੱਚਿਆਂ ਨੂੰ ਦਵਾਦਵ ਬੱਸ ਦੇ ਵਿੱਚੋਂ ਬਾਹਰ ਕੱਢਿਆ ਔਰ ਬੱਚਿਆਂ ਦੇ ਚਿਹਰੇ 'ਤੇ, ਸਿਰ 'ਤੇ, ਬਾਹਾਂ ਲੱਤਾਂ 'ਤੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਔਰ ਫਿਲਹਾਲ ਬੱਸ ਕਿਸ ਕਾਰਨ ਵਜੋਂ ਪਲਟੀ ਇਸ ਦੀ ਹਜੇ ਪੁਸ਼ਟੀ ਨਹੀਂ ਹੋਈ। ਪਰ ਮੰਦਭਾਗੀ ਖਬਰ ਇਹ ਸਾਹਮਣੇ ਆਈ ਹੈ ਕਿ 2 ਨੰਨੇ ਬੱਚਿਆਂ ਦੀ ਇਸ ਹਾਦਸੇ ਦੇ ਵਿਚਾਲੇ ਮੌਤ ਹੋ ਗਈ ਹੈ। ਦੇਖੀਏ ਵੀ ਸੂਚਨਾ ਮਿਲੀ, ਦੁੱਖ ਸੂਚਨਾ ਹੈ, ਬੱਚੋਂ ਕਾ ਮਾਮਲਾ ਹੈ ਔਰ ਛੋਟੇ ਛੋਟੇ ਬੱਚੇ ਹੈ ਤਾਂ ਸਕੂਲ ਜਾ ਰਹੇ ਥੇ ਸੁਬਹ ਮੋਰਨਿੰਗ ਮੇਂ ਤਿਆਰ ਹੋਕਰ, ਪਤਾ ਨਹੀਂ ਕਹਾਂ ਇਨਕੀ ਲਾਪਰਵਾਹੀ ਰਹੀ ਹੈ, ਛੋਟੇ ਵਾਹਨ ਹੈ ਕਿਆ ਹੈ ਉਸਕੇ ਬਾਰੇ ਮੇਂ ਜਾਣਕਾਰੀ ਨਹੀਂ ਜਾ ਰਹੀ ਹੈ। ਲੇਕਿਨ ਪਤਾ ਜਾ ਰਹਾ ਹੈ ਕਿ ਕੈਂਪਰ ਮੇਂ ਲਾ ਰਹੇ ਥੇ, ਜੋ ਵੀ ਹੈ ਘਟਨਾ ਦੁਖਦ ਹੈ ਔਰ ਕਹਾਂ ਸੇ ਲਾਪਰਵਾਹੀ ਰਹੀ ਹੈ, ਡਰਾਈਵਰ ਕੀ ਰਹੀ ਹੈ ਜਾਂ ਕੋਈ ਚਾਲਕ ਕੀ ਰਹੀ ਜਾਂ ਕੋਈ ਹੋਰ ਰਹੀ ਹੈ ਔਰ ਵਿਸ਼ੇਸ਼ ਰੂਪ 'ਚ ਨਿੱਜੀ ਸਕੂਲਾਂ ਕੋ ਯਾਦ ਰੱਖਣਾ ਸੀ। ਇਹ ਕਿੰਨੇ ਬੱਚੇ ਘਾਇਲ ਹੋਏ ਹੈ? ਘਾਇਲ ਕੋ ਕਿਸ਼ੂਰ ਤੱਕ 7 ਹੈ ਔਰ ਜਿਸਮੇ 2 ਕੀ ਲੇਹਤ ਕੀ ਸੂਸ ਲੱਗ ਰਹੀ ਹੈ। ਕੌਨ ਸੀ ਸਕੂਲ ਦਾ ਨਾਮ ਪਤਾ ਹੈ ਸਰ ਆਪਕੋ? ਨਾਮ ਕੇ ਵੀ ਸਰ ਮੈਨੇ ਜਾਣਕਾਰੀ ਦਿੱਤੀ ਜਾ। ਵੱਡਾ ਹਾਦਸਾ ਵਾਪਰਿਆ ਹੈ, ਬੱਚਿਆਂ ਨਾਲ ਭਰੀ ਸਕੂਲ ਵੈਨ ਪਲਟੀ ਹੈ, 2 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 9 ਬੱਚੇ ਗੰਭੀਰ ਜ਼ਖਮੀ ਨੇ। ਮਾਮਲਾ ਜੋਧਪੁਰ ਦਾ ਹੈ, ਜਿੱਥੇ ਕਿ ਸਕੂਲ ਨੂੰ ਜਾ ਰਹੀ ਇੱਕ ਵੈਨ ਰਾਹ ਦੇ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਵੈਨ ਦੇ ਵਿੱਚ ਜੋ ਸਵਾਰ ਬੱਚੇ ਸੀਗੇ ਜੋ ਸਕੂਲ ਨੂੰ ਜਾ ਰਹੇ ਸੀ ਤਾਂ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ। ਹਾਲਾਂਕਿ ਘਰੋਂ ਤਿਆਰ ਹੋ ਕੇ ਸਕੂਲ ਨੂੰ ਜਾ ਰਹੇ ਇਹ ਬੱਚੇ ਰਾਹ ਦੇ ਵਿੱਚ ਜਦ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ ਉਸ ਵਿਚਾਲੇ 2 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਅਤੇ 9 ਬੱਚੇ ਫਿਲਹਾਲ ਜ਼ਖਮੀ ਦੱਸੇ ਜਾ ਰਹੇ ਨੇ। ਮੌਕੇ 'ਤੇ ਚੀਕ ਚਿਹਾੜਾ ਮੱਚ ਜਾਂਦਾ, ਆਸੇ ਪਾਸੇ ਖੜ੍ਹੇ ਲੋਕ ਦਵਾ ਦਵ ਉੱਥੇ ਪਹੁੰਚਦੇ ਨੇ, ਬੱਚਿਆਂ ਨੂੰ ਵੈਨ ਦੇ ਵਿੱਚੋਂ ਬਾਹਰ ਕੱਢਦੇ ਨੇ ਅਤੇ ਉਹਨਾਂ ਨੂੰ ਹਸਪਤਾਲ ਭੇਜਿਆ ਜਾਂਦਾ। ਪਰ ਜਿੱਥੇ ਕਿ ਇਲਾਜ ਦੌਰਾਨ ਡਾਕਟਰਾਂ ਦੇ ਵੱਲੋਂ 2 ਬੱਚਿਆਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਜਾਂਦਾ, ਪਰ ਉੱਥੇ ਹੀ ਜੇ ਤੁਹਾਨੂੰ ਦੱਸ ਦਈਏ ਕਿ ਬੱਸ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਜਿਸ 'ਚ ਕਹਿ ਸਕਦੇ ਹਾਂ ਕਿ ਆਸੇ ਪਾਸੇ ਜੋ ਲੋਕ ਸੀਗੇ ਉਹਨਾਂ ਨੇ ਬੱਚਿਆਂ ਨੂੰ ਦਵਾਦਵ ਬੱਸ ਦੇ ਵਿੱਚੋਂ ਬਾਹਰ ਕੱਢਿਆ ਔਰ ਬੱਚਿਆਂ ਦੇ ਚਿਹਰੇ 'ਤੇ, ਸਿਰ 'ਤੇ, ਬਾਹਾਂ ਲੱਤਾਂ 'ਤੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਔਰ ਫਿਲਹਾਲ ਬੱਸ ਕਿਸ ਕਾਰਨ ਵਜੋਂ ਪਲਟੀ ਇਸ ਦੀ ਹਜੇ ਪੁਸ਼ਟੀ ਨਹੀਂ ਹੋਈ। ਪਰ ਮੰਦਭਾਗੀ ਖਬਰ ਇਹ ਸਾਹਮਣੇ ਆਈ ਹੈ ਕਿ 2 ਨੰਨੇ ਬੱਚਿਆਂ ਦੀ ਇਸ ਹਾਦਸੇ ਦੇ ਵਿਚਾਲੇ ਮੌਤ ਹੋ ਗਈ ਹੈ। ਦੇਖੀਏ ਵੀ ਸੂਚਨਾ ਮਿਲੀ, ਦੁੱਖ ਸੂਚਨਾ ਹੈ, ਬੱਚੋਂ ਕਾ ਮਾਮਲਾ ਹੈ ਔਰ ਛੋਟੇ ਛੋਟੇ ਬੱਚੇ ਹੈ ਤਾਂ ਸਕੂਲ ਜਾ ਰਹੇ ਥੇ ਸੁਬਹ ਮੋਰਨਿੰਗ ਮੇਂ ਤਿਆਰ ਹੋਕਰ, ਪਤਾ ਨਹੀਂ ਕਹਾਂ ਇਨਕੀ ਲਾਪਰਵਾਹੀ ਰਹੀ ਹੈ, ਛੋਟੇ ਵਾਹਨ ਹੈ ਕਿਆ ਹੈ ਉਸਕੇ ਬਾਰੇ ਮੇਂ ਜਾਣਕਾਰੀ ਨਹੀਂ ਜਾ ਰਹੀ ਹੈ। ਲੇਕਿਨ ਪਤਾ ਜਾ ਰਹਾ ਹੈ ਕਿ ਕੈਂਪਰ ਮੇਂ ਲਾ ਰਹੇ ਥੇ, ਜੋ ਵੀ ਹੈ ਘਟਨਾ ਦੁਖਦ ਹੈ ਔਰ ਕਹਾਂ ਸੇ ਲਾਪਰਵਾਹੀ ਰਹੀ ਹੈ, ਡਰਾਈਵਰ ਕੀ ਰਹੀ ਹੈ ਜਾਂ ਕੋਈ ਚਾਲਕ ਕੀ ਰਹੀ ਹੈ ਜਾਂ ਕੋਈ ਹੋਰ ਰਹੀ ਹੈ
और विशेष रूप से निजी स्कूलों को याद रखना चाहिए। ये कितने बच्चे घायल हुए हैं? घायल को भी सूचना 7 है और जिसमें 2 की डेथ की सूचना मिली। कौन से स्कूल है, नाम पता है सर आपको? नाम के अभी सर मैंने जानकारी दी तैयार।